सो सिद्धू मूसे वाला सर नाल ने एक रैपिड फायर करन लगे उन्होंने नाल क्विक तुसी आंसर देने मेनू से दो ओके ठीक है डिस्क्राइब योरसेल्फ एज अ टीनएजर इन 3 वर्ड्स yourself in 3 words jado tusi teenage ha kis tarah describe karoge inhone 3 words se dasna teenage jado hunda si main hun bhi teenage hi hai main 25 saal da hai gai da okay ni ki ki eda ji tusi sare 3 words koi jada kis tarah de tusi matlab 18 ya 19 de age vich kis tarah de hunde si kis tarah swabh hunda si ga ya ziddi hunde si ki oh 3 words sharif sau te syana hai okay next tattoo नेक्स्ट टैटू नहीं कोई नहीं मम्मी ने परमिशन दी हुई है माता ने जी भी इथों लेके इत तक टैटू बनवाना सौ पाई हुई है अच्छा हुण मैं उदो अजे हुण कोई ना कोई सौ दे समझौता हुंदा तां देखांगे पर दई रुला नहीं कोई ड्रीम कार ड्रीम कार ही हुण तां ऑलमोस्ट हैगी जी वैगन लेनी है ये जी वैगन पहला भी गया सीगा मैं हुण भी बनाया सर्कल लवांगे जरूरी सब तो बेस्ट गिफ्ट तुसी हुण तक रिसीव कीता होवे गिफ्ट 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 बहुत आया जी उनमें सब तो बेस्ट कोई एक गिफ्ट बाले आए ने जी उनमें की दसा जी की मन हुन कोई याद ही नहीं आ रहा मैं इतना कुछ सोचा वे पता नहीं मुझे याद नहीं है कोई अजे स्टार गिफ्ट केड़ा दित्ता सीगा किसी ने कोई लेटेस्ट गिफ्ट के किसी ने दिता होवे लेटेस्ट आज ही देके गए कोई टाइम पीस देके गए अच्छा टाइम पीस थे मम्मा दी हां दो बच्चे सी मम्मा दी फोटो सी मेरी फोटो सी पापा दी फोटो सी सारे दी फोटो सी हां जी हां जी बेस्ट गिफ्ट यही है कि दर्शकों नु प्यार दंदे जी 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 सब तो बड़ा गिफ्ट यही है जी ओके जी थोड़े कोल एक दिन दी कोई सुपर पावर होवे ते की करोगे उसदा किस तरह यूज करोगे एक दिन दी सुपर पावर होवे मेरे कोले हां ਮੇਰੇ ਕੋਲ ਇੱਕ ਦਿਨ ਦੀ ਸੁਪਰ ਪਾਵਰ ਹੋਵੇ ਨਾ ਜੀ ਮੈਂ ਜਿਹੜਾ ਬਿਮਾਰੀ ਵਾਲਾ ਕੰਮ ਹੈ ਨਾ ਜੀ ਮੈਂ ਖਤਮ ਹੀ ਕਰ ਦਾਂ ਹਣਾ ਆ ਜਿਹੜਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਕੈਂਸਰ ਤੋਂ ਬਹੁਤ ਮਰੀਜ਼ ਨੇ ਜੀ ਤੁਸੀਂ ਲਾਸਟ ਇੱਕ ਕੈਂਪ ਲਗਾਇਆ ਕੈਂਪ ਲਾਇਆ ਹੁਣ ਵੀ ਸਾਡੇ ਕੈਂਪ ਹੈ ਜੀ ਜਨਵਰੀ ਦੇ ਵਿੱਚ ਤੇ ਕੱਲ 24 ਤਰੀਕ ਦਾ ਮੈਂ ਕਰਵਾ ਰਿਹਾ ਬਲੱਡ ਕੈਂਪ ਕਰਵਾ ਰਿਹਾ ਜੀ ਪਿੰਡ ਦੇ ਵਿੱਚ ਤੇ ਉਹ ਤੋਂ ਬਾਅਦ ਜਨਵਰੀ ਦਾ ਅਸੀਂ ਕਰਵਾ ਰਹੇ ਹਾਂ ਕੈਂਸਰ ਕੈਂਪ ਹਰ ਇੱਕ ਸਾਲ ਪਰ ਮੈਂ ਜੇ ਮੇਰੇ ਤੋਂ ਜ਼ਿੰਦਗੀ ਦੇ ਵਿੱਚ ਕੋਈ ਸੁਪਰ ਪਾਵਰ ਹੋਵੇ ਤਾਂ ਮੈਂ ਖਤਮ ਕਰ ਦਿਆਂ ਜੀ ਕਦੀ ਨਾ ਕਿਸੇ ਨੂੰ ਹੋਵੇ ਬਸ ਇਹੀ ਚੀਜ਼ ਸੋਚ ਰਿਹਾ ਸੀ ਵਾਹ ਸਿੱਧੂ ਮਾਰਨਿੰਗ ਪਰਸਨ ਹੈ ਕਿ ਨਾਈਟ ਪਰਸਨ ਮਤਲਬ ਕਿਦਾਂ ਜੀ ਮਤਲਬ ਜਲਦੀ ਉੱਠਣ ਵਾਲੇ ਬੰਦੇ ਹੋ ਕਿ ਰਾਤ ਦੇ ਜਦੋਂ ਮੈਂ ਪਿੰਡ ਹੁੰਦਾ ਜਦੋਂ ਮਾਰਨਿੰਗ ਹੁੰਦਾ ਜਦੋਂ ਮੈਂ ਬਾਹਰ ਹੁੰਦਾ ਨਾਈਟ ਪਰਸਨ ਹੁੰਦਾ ਓਕੇ ਜੀ ਜੀ ਸਭ ਕੋਈ ਅਜਿਹੀ ਇੱਕ ਚੀਜ਼ ਜੋ ਤੁਹਾਨੂੰ ਬਹੁਤ ਜ਼ਿਆਦਾ ਇਰੀਟੇਟ ਕਰਦੀ ਹੈ ਇੱਕ ਚੀਜ਼ ਇਰੀਟੇਟ ਜੀ ਬਸ ਬੇਫਾਲਤੂ ਦੀਆਂ ਕੰਟਰੋਵਰਸੀਆਂ ਜੀ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਿਨ੍ਹਾਂ ਨੂੰ ਕਈ ਵਾਰੀ ਜਾਣਦਾ ਵੀ ਨਹੀਂ ਹੁੰਦਾ ਉਹ ਵੀ ਉਹੀ ਬੋਲੀ ਜਾਣਾ ਕਿਸੇ ਬਾਰੇ ਆਈ ਜੀ ਐਡੀਟਡ ਵੀ ਤੋਂ ਆਈ ਚੀਜ਼ ਆਈ ਚੀਜ਼ ਓਕੇ ਸੋ ਸਿੱਧੂ ਬਹੁਤ ਟਰੈਵਲ ਤੁਸੀਂ ਕਰਦੇ ਹੋ ਰਾਈਟ ਹੈ ਨਾ ਹਰ ਵੱਖਰੀ ਵੱਖਰੀ ਜਗ੍ਹਾ ਜਾਂਦੇ ਤੇ ਹਰ ਇੱਕ ਵੱਖਰੀ ਜਗ੍ਹਾ ਦਾ ਆਪਣਾ ਹੀ ਕੁਝ ਸਪੈਸ਼ਲ ਫੂਡ ਹੁੰਦਾ ਹੈ ਰਾਈਟ ਕੋਈ ਅਜਿਹੀ ਚੀਜ਼ ਅੱਜ ਤੱਕ ਸਟ੍ਰੇਂਜ ਚੀਜ਼ ਤੁਸੀਂ ਖਾਧੀ ਹੋਵੇ ਜਿਹਦਾ ਟੇਸਟ ਬਿਲਕੁਲ ਅਲੱਗ ਹੋਵੇ ਵੈਸੇ ਤਾਂ ਆਲਮੋਸਟ ਟੇਸਟ ਅਲੱਗ ਹੀ ਹੁੰਦਾ ਕੁਛ ਨਹੀਂ ਜੀ ਅਸੀਂ ਉੱਥੇ ਜਾਂਦਾ ਹੁੰਦਾ ਮੈਂ ਪਰਥ ਬਾਵਾ ਉੱਥੇ ਆਪਣਾ ਭਰਾ ਖਾਸ ਸੀ ਉੱਥੇ ਉਹ ਖਾਉਂਦੇ ਹੁੰਦੇ ਆ ਪਤਾ ਨਹੀਂ ਕੀ ਬੜੇ ਬੁੜੇ ਪਾਓ ਵਧੀਆ ਹੁੰਦੇ ਨੇ ਅੱਛਾ ਉੱਥੇ ਜਾ ਮੇਰਾ ਸਭ ਤੋਂ ਜ਼ਿਆਦਾ ਦਿਲ ਉੱਥੇ ਲੱਗਦਾ ਜੀ ਮੈਂ ਉਹਦੇ ਕੋਲ ਬਾਈ ਕੋਲ ਮਹੀਨਾ ਮਹੀਨਾ ਲਾ ਜਾਂਦਾ ਕਈ ਵਾਰ ਜਦੋਂ ਮੈਂ ਵਧੀਆ ਦਿਲ ਨਹੀਂ ਨਾ ਲਾਉਂਦਾ ਇੰਡੀਆ ਉਂਡੀਆ ਜਾਂ ਕਿਤੇ ਵੀ ਉਹਦੇ ਕੋਲ ਜਾ ਪੜਦਾ ਹੁੰਦਾ ਮਹੀਨਾ ਮਹੀਨਾ ਬਾਵੇ ਕੋਲ ਹੀ ਰਹਿੰਦਾ ਉੱਥੇ ਬੜਾ ਉਹ ਚੱਲ ਬੰਦਾ ਜੀ ਉਹ ਵੀ ਬੜਾ ਬੜੇ ਪੋਜ਼ਿਟਿਵ ਬੰਦੇ ਨੇ ਜੀ ਹਾਂ ਇੱਦੀ ਪੋਜ਼ਿਟਿਵਿਟੀ ਤਾਂ ਉਧਰੋਂ ਆਉਂਦੀ ਆਪਣੇ ਕੋਲੇ ਸਾਰਾ ਸਰਕਲ ਹੀ ਇਹੋ ਜਿਹਾ ਜੀ ਇੱਥੋਂ ਹੋਰ ਭਰਾ ਨੇ ਕੈਨੇਡਾ ਚ ਹਰਪ੍ਰੀਤ ਹੋਣੀ ਨੇ ਇੱਥੇ ਬਿੰਦੇ ਬੰਦੇ ਵਰਗੇ ਨੇ ਭਰਾ ਸਾਰੇ ਆਪਣੇ ਜੀ ਸਾਰੇ ਪੋਜ਼ਿਟਿਵ ਜੀ ਚੱਕ ਦਿਆਂਗੇ ਫੱਟੇ ਚੱਕ ਦੇ ਮਿੱਤਰਾ ਇੱਧਰੋਂ ਉੱਧਰ ਸਾਰਾ ਸਰਕਲ ਹੀ ਮੇਰਾ ਜੀ ਕੈਨੇਡਾ ਚ ਹਰਪ੍ਰੀਤ ਹੋਣੀ ਇੱਥੇ ਚਲੋ ਭੀਮ ਬਾਈ ਹੋਣੀ ਬਿੰਦੇ ਹੋਣੀ ਸਾਰੇ ਹਨਾ ਤੇ ਇੱਥੇ ਆਸਟ੍ਰੇਲੀਆ ਜਾ ਬੜੀ ਇੱਧਰ ਇਹ ਬੰਦੇ ਸਾਰੇ ਘੈਂਟ ਨੇ ਜੀ ਆਪਣੇ ਸਾਰੇ ਵਧੀਆ ਬੰਦੇ ਨੇ ਜੀ ਕੋਈ ਨੈਕਸਟ ਡੈਸਟੀਨੇਸ਼ਨ ਨੈਕਸਟ ਡੈਸਟੀਨੇਸ਼ਨ ਜੀ ਯੂਕੇ ਯੂਕੇ ਹਾਂਜੀ ਲੈਂਡ ਓਕੇ ਸਿੱਧੂ ਦੀ ਸਭ ਤੋਂ ਵੱਡੀ ਐਡਿਕਸ਼ਨ ਕੀ ਹੈ ਸਭ ਤੋਂ ਵੱਡੀ ਐਡਿਕਸ਼ਨ ਹੈਗੀ ਮੇਰੀ ਅਸਲਾ ਜੀ ਅੱਛਾ ਹਾਂ ਮੈਨੂੰ ਬੜੇ ਬੜੀ ਬੜਾ ਵਧੀਆ ਲੱਗਦਾ ਅਸਲੇ ਚਲਾਉਣੇ ਕੈਰੀ ਕਰਨੇ ਜਾਂ ਬਾਏ ਕਰਨੇ ਅਸਲੇ ਹਨਾ ਕਾਟੇ ਕੂਟੇ ਇਹਦੀ ਮਾਰ ਕਿੰਨੀ ਆ ਉਹਦਾ ਕਿੰਨਾ ਹਰੇਕ ਨੂੰ ਹੁੰਦਾ ਨਾ ਜੀ ਵੀ ਛਤਰੀਆਂ ਵਾਂਗੂ ਅਸਲੇ ਦੀ ਪੂਜਾ ਕਰਨ ਵਾਲੇ ਬੰਦੇ ਮੈਨੂੰ ਬੜਾ ਮੋਹ ਹੈ ਜੀ ਕੋਈ ਇਹ ਨਹੀਂ ਵੀ ਜਾ ਕੋਈ ਬਦਮਾਸ਼ ਵਾਲੀ ਸਿਸਟਮ 'ਚ ਇਹਦੇ 'ਚ ਵੀ ਜਾ ਕੁਛ ਹੋਰ ਕਿਸੇ ਚੀਜ਼ ਦਾ ਕਿਸੇ ਨੂੰ ਇੰਟਰਸਟ ਹੁੰਦਾ ਨਾ ਮੈਨੂੰ ਬੜਾ ਬੜਾ ਜ਼ਿਆਦਾ ਮੈਂ ਜਦੋਂ ਇਹਨੂੰ ਕਿਤੋਂ ਵਿਹਲਾ ਵੀ ਹੁੰਦਾ ਮੈਂ ਸ਼ੂਟਿੰਗ ਰੇਂਜਾਂ 'ਤੇ ਬਹੁਤ ਜਾਂਦਾ ਆਪਾਂ ਦੇਖੀ ਤੁਹਾਡੀ ਵੀਡੀਓ ਮੈਨੂੰ ਵਧੀਆ ਲੱਗਦਾ ਜੀ ਇਹ ਯਾਨੀ ਕਿ ਇੱਕ ਤਰ੍ਹਾਂ ਦਾ ਮੈਂਟਲੀ ਸਟ੍ਰੈਸ ਨਹੀਂ ਗੌਣ ਹੋ ਜਾਂਦਾ ਜਿਵੇਂ ਇੱਕ ਦਮ ਹੈ ਨਾ ਬਸ ਮੈਨੂੰ ਵਧੀਆ ਲੱਗਦਾ ਜੀ ਹਾਂ
ओके जब तुसी डांस करते हो व्हेन आई डांस आई लुक लाइक चोकर नो कर नहीं आंदा ये डांस तेरी वीडियो देखी है एक आज ही देखी सी तुसी डांस कर रहे सी ओ आउंदे ही नहीं नचणो चल मैं ओदा भी चल सारे हना एंजॉय करदे ठीक हाथ खड़ा करदे भी ठीक है भाई साडा अजी भी एंजॉय कर रहे हैं ओके वेब सीरीज देखदे हो वेब सीरीज हां जी इस टाइम दी कोई फेवरेट वेब सीरीज इस टाइम दी नहीं पुरानी देखी हुई है बहुत टाइम दी ओहो केड़ा सीगा गैंग्स ऑफ वासेपुर वाला सीगा भाई ओहो की नाम सी ओदा निजामुद्दीन सिद्दीकी बहुत बढ़िया खेला रहे हैं बढ़िया जड़ी सीगी सेक्रेट गेम्स बहुत बढ़िया खास करके पहला पार्ट जी सेकंड तो रिव्यू कुछ इतना दी सी हाँ आज तक किसी ने कोई अजेही गल की थी हो वे पॉजिटिव गल जो तो अनुकरण ही नहीं भूलती हमेशा याद रहती है पॉजिटिव गल जो तो तुझे एक दसी सी कि किसी ने क्या सी कि अपना है ना काम करते रहो बड़ा यकीन है इस चीज सारे बंदे चलो है दस देने कहना भी अं तेरे बारे देख दें क्योंकि मैं भी सिस्टम हजे कई बार इधर उधर उलझा हों कहना ਜਿਹੜੇ ਤੇਰੇ ਵਰਗੇ ਬੰਦੇ ਹੁੰਦੇ ਨਾ ਇਹ ਵੀ ਇਹੋ ਜਿਹੇ ਬੰਦੇ ਹੁੰਦੇ ਨੇ ਵੀ ਜਿਹਦੇ ਬਾਅਦ ਪੈ ਜਾਣਾ ਭਸਮ ਹੋ ਜਾਂਦਾ ਬੰਦਾ ਵੀ ਦੁਨੀਆ ਦਣੀਆਂ ਗੱਲਾਂ ਛੋਟੀ ਵੀ ਇਹ ਉਹ ਲੱਗਣਾ ਤੁਹਾਡਾ ਵੀ ਸਿਸਟਮ ਜਿਹੜਾ ਵੀ ਤੁਸੀਂ ਵੀ ਬੰਦੇ ਕੰਸਟ੍ਰੇਟਡ ਚਾਹੀਦੇ ਹੋ ਤੁਸੀਂ ਹਨਾ ਵੀ ਇਹੋ ਜਿਹਾ ਵੀ ਤੁਸੀਂ ਲੀਡ ਕਰਨਾ ਸਾਰਿਆਂ ਨੂੰ ਹਨਾ ਤੇ ਤੁਹਾਡੇ ਵਰਗਾ ਬੰਦਾ ਐਡਾ ਕੁ ਧਨੀ ਹੁੰਦਾ ਹਰੇਕ ਪਾਵਰ ਜ਼ੋਰ ਜੋਸ਼ ਦੇਣਾ ਵੀ ਤੇਰੇ ਵਰਗਾ ਬੰਦਾ ਜਦੋਂ ਕਿਤੇ ਹਾਰਦਾ ਨਾ ਵੀ ਤੂੰ ਆਪਦੇ ਤੋਂ ਹਾਰੇਗਾ ਜਦ ਹਾਰਿਆ ਬਸ ਆਪਦੇ ਤੋਂ ਨਾ ਹਾਰੀ ਪੋਜ਼ਿਟਿਵ ਰਹੀ ਸਾਰਿਆਂ ਲਈ ਗੱਲ ਹੈ ਜੀ ਇਹ ਕਿਸੇ ਲਈ ਇਹ ਵੀ ਨਹੀਂ ਹੈਗਾ ਵੀ ਜਿਹੜੇ ਬੰਦੇ ਤੁਸੀਂ ਜਿਹੜੇ ਆਪਾਂ ਮਿਹਨਤ ਕਸ਼ ਬੰਦਾ ਕਦੋਂ ਵੀ ਜਦੋਂ ਹੁੰਦਾ ਨਾ ਖਤਮ ਹੁੰਦਾ ਕਦੇ ਕੋਈ ਖਤਮ ਕਰਨ ਵਾਲਾ ਉਹਨੂੰ ਜੰਮਿਆ ਹੀ ਨਹੀਂ ਮੈਂ ਤੁਹਾਨੂੰ ਕਹਿਣਾ ਵੀ ਕਿਸੇ ਨੂੰ ਕਦੇ ਕੋਈ ਹਰਾ ਨਹੀਂ ਸਕਦਾ ਜੇ ਕਿਸੇ ਨੂੰ ਕੋਈ ਐ ਹਰਾਦਾ ਫਿਰ ਦੁਨੀਆ ਕਿਸੇ ਨੂੰ ਜਿੱਤਣੀ ਨਾ ਦੇਵੇ ਹੈ ਨਾ ਵੀ ਪਰਮਾਤਮਾ ਨੇ ਹਰੇਕ ਬੰਦਾ ਸਪੈਸ਼ਲੀ ਡਿਜ਼ਾਇਨ ਕੀਤਾ ਜੀ ਅਤੇ ਵੀ ਬਸ ਤੁਸੀਂ ਕਦੇ ਆਪਦੇ ਤੋਂ ਨਾ ਹਾਰੋ ਤੁਹਾਨੂੰ ਕੋਈ ਹਰਾਉਣ ਵਾਲਾ ਜੰਮਿਆ ਨਹੀਂ ਹੈਗਾ ਓਕੇ ਸੋ ਰੈਡੀ ਹੋਣ ਵਿੱਚ ਸਿੱਧੂ ਕਿੰਨਾ ਟਾਈਮ ਲਾਉਂਦੇ ਨੇ ਮਹਿੰਗੇ ਕੱਪੜੇ ਪਾਉਣਾ ਵਾ ਫਲਾਨਾ ਪਾਉਣਾ ਧਿਮਕਾ ਦੇਣਾ ਨਾਲ ਨੂਲ ਦੇ ਕਈ ਵਾਰੀ ਦਬਾਅ ਦੇ ਹੋਇਆ ਪਰ ਮੈਂ ਤਾਂ ਮੈਨੂੰ ਹੁੰਦਾ ਨੀ ਜੀ ਕੱਪੜੇ ਲੀੜੇ ਦਾ ਵਾਲਾ ਮੈਨੂੰ ਤਾਂ ਜਦੋਂ ਬਸ ਉਹਨਾਂ ਪੇ ਉੱਠੇ ਬਸ ਆ ਦੋ ਕੇ ਡੈਡੀ ਮਿੰਟੋ ਮਿੰਟੀ ਸ਼ੁਰੂ ਤੋਂ ਇਦਾਂ ਦੇ ਹੋ ਸ਼ੁਰੂ ਤੋਂ ਹੀ ਇਦਾਂ ਨਹੀਂ ਸ਼ੁਰੂ ਤੋਂ ਹੀ ਇਦਾਂ ਮੰਮਾ ਨੇ ਜੇ ਕੋਈ ਪ੍ਰੈਸ ਕਰਕੇ ਦੇ ਦਿੱਤੀ ਈਵਨ ਹੁਣ ਵੀ ਮੈਂ ਕਦੇ ਕਦੇ ਕੱਪੜੇ ਲੈਣ ਥੋੜੀ ਗਈ ਹਾਂ ਪੱਗਾਂ ਮੰਮਾ ਲੈ ਆਉਂਦੇ ਨੇ ਕਦੇ ਕੋਈ ਸ਼ਰਟ ਕੋਈ ਦੇ ਗਿਆ ਕਦੇ ਕੋਈ ਦੇ ਗਿਆ ਨਾਲ ਦੇ ਫੜ ਕੇ ਲੈ ਗਏ ਵੀ ਆ ਜਾਓ ਸ਼ੋਪਿੰਗ ਕਰ ਲਾ ਥੋੜੀ ਬਹੁਤ ਉਹੀ ਪਾਈ ਫਿਰਦਾ ਕੱਲ੍ਹ ਵਾਲੀ ਪਾਈ ਫਿਰਦਾ ਜੇ ਪਾਈ ਮੈਨੂੰ ਸ਼ੌਂਕ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਬਿਲਕੁਲ ਵੀ ਅੱਜ ਜਿਵੇਂ ਹੈਗੇ ਬਸ ਠੀਕ ਹੈ ਜੀ ਓਕੇ ਮੇਰਾ ਲਾਸਟ ਸਵਾਲ ਹੈ ਔਨ ਅ ਸਕੇਲ ਆਫ 1 ਟੂ 10 ਤੁਸੀਂ ਕਿੰਨੇ ਕੂਲ ਹੋ ਇਸ ਸਕੇਲ ਦੇ ਵਿੱਚ ਕਿੰਨੇ ਨੰਬਰ ਕਿੰਨਾ ਨੰਬਰ ਦੋਗੇ ਬੰਦੇ ਤੇ ਡਿਪੈਂਡ ਕਰਦਾ ਜੀ ਅੱਛਾ ਮਤਲਬ ਅਗਲੇ ਬੰਦੇ ਡਿਪੈਂਡ ਕਰਦਾ ਕਿ ਉਹ ਕਿਸ ਤਰ੍ਹਾਂ ਦਾ ਫਿਰ ਹਾਂ ਹਾਂ ਜੋ ਕੂਲ ਹੈ ਤਾਂ ਸੁਪਰ ਕੂਲ ਹੈ ਜੋ ਨਹੀਂ ਹੈਗਾ ਤਾਂ ਆਪਾਂ ਵੀ ਉਹ ਹੋ ਜਾਈਏ ਉਹ ਬੰਦੇ ਤੇ ਡਿਪੈਂਡ ਕਰੂਗਾ ਜੀ ਕੂਲਨੈਸ ਉਦੋਂ ਤਾਂ ਆਪਾਂ ਕੂਲ ਹੀ ਰਹੀਦਾ ਜੀ 24 ਘੰਟੇ ਆਪਦੇ ਆਪ 'ਚ ਤਾਂ ਬਸ ਖੁਸ਼ ਹੀ ਰਹੀਦਾ ਸਾਰਾ ਦਿਨ ਬਿਲਕੁਲ ਸੋ ਥੈਂਕ ਯੂ ਸਿੱਧੂ ਤੁਸੀਂ ਸਾਡੇ ਨਾਲ ਰੈਪਿਡ ਫਾਇਰ ਖੇਲਿਆ ਹਾਂ ਹਾਲਾਂਕਿ ਸੋਚ ਕੇ ਥੋੜੇ ਜਵਾਬ ਦਿੱਤੇ ਬਟ ਥੈਂਕ ਯੂ ਵੈਰੀ ਮਚ ਬਹੁਤ ਵਧੀਆ ਰਿਹਾ ਜੀ ਦਿਨੇ ਪੈਂਦੇ ਆ ਜੀ ਕੱਲ ਨੂੰ ਤੁਹਾਡੀ ਇੰਟਰਵਿਊ ਦਾ ਵਿਚਾਰ ਪਿਆ ਹੋਵੇ ਵੀ ਹਾਂ ਸਿੱਧੂ ਨੇ ਆ ਕਹਿਤਾ ਇੰਟਰਵਿਊ ਦੇ ਵਿੱਚ ਕਿਉਂਕਿ ਕਈ ਵਾਰੀ ਗੱਲਾਂ ਆਪਾਂ ਕਿਸੇ ਕਈਆਂ ਕਿਸੇ ਹੋਰ ਮੋਟਿਵ ਨਾਲ ਹੁੰਦੀਆਂ ਨੇ ਤੇ ਉਹ ਬਣ ਕੁਝ ਹੋਰ ਜਾਂਦੀਆਂ ਨੇ ਬਿਲਕੁਲ ਬਿਲਕੁਲ ਹਾਂ ਜੀ ਸੋ ਥੈਂਕ ਯੂ ਵੈਰੀ ਮਚ ਬਹੁਤ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਖਿਆਲ ਰੱਖਿਓ ਆਪਣਾ ਲਵ ਯੂ ਮੇਰੇ ਕੋਲ ਥੈਂਕ ਯੂ ਵੈਰੀ ਮਚ